यार मिले की बहुत ही एक मूवी बनाई गई है जिससे ही बहुत ही प्यारा दृश्य दिखता है कि जो हर एक पर्सन अपनी लाइफ से जो कष्ट कर उसके बाद कॉलेज जाता है देन अपने एक पैरा या ड्रीम लेके आता है कि उन्हें एक्टर बनना या डॉक्टर बनना या इंजीनियर बनना दैन उत्थे आन के सपने साकार होंगे ने या उन्होंने कि चीज़ों का सामना करना पैदा है दैन ये चीज़ा दिखाई गई ने बाकी साढ़े न दिलजोत किया खन्ना जी सरबजीत चीमा राजा भाट और योगराज जी ने और साढ़े न परम सैनी ने मूवी बनाई गई है कि जिदा अं सोचते हैं कि साढ़े ये सपने ने मतलब ये दिखाया गया कि सोचने वाली दिखो ना सपने पूरे करने लिए सू मेहनत भी करना ये दिखाया गया सपने पूरे किए करते हैं कि पहले सोचते हैं कि यार इदा ही हो जाऊगा मैं ये बनना चाहता इदा बन जाऊंगा पर जो उन्होंने मुश्किलों से निकलना पैदा पर पता लगता उन्होंने कि ਤੁਹਾਨੂੰ ਫਿਲਮ 'ਚ ਕੀ ਐਕਸਪੈਕਟੇਸ਼ਨ ਹੈ ਕਿਸ ਕਿੰਨੀ ਕੁ ਹਿੱਟ ਸੁਪਰ ਹੋਣ ਦੀ ਤੁਹਾਨੂੰ ਉਮੀਦ ਹੈ ਦੇਖੋ ਜੀ ਹਰ ਇੱਕ ਨੂੰ ਹੁੰਦੀ ਹੈ ਆਪਣੀ ਮੂਵੀ ਤੋਂ ਉਮੀਦ ਮੈਨੂੰ ਵੀ ਬਹੁਤ ਅਜੇ ਹਿੱਟ ਹੋਣ ਦੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਗਲਤ ਸਾਬਿਤ ਕਰ ਰਹੇ ਹੋ ਤੁਹਾਨੂੰ ਵੀ ਲੱਗਦਾ ਕਿ ਵਾਕਈ ਤੁਸੀਂ ਗਲਤ ਸਮੇਂ 'ਤੇ ਰਿਲੀਜ਼ ਕਰ ਰਹੇ ਹੋ ਨਹੀਂ ਬਈ ਦੇਖੋ ਇੱਕ ਚੀਜ਼ ਹੁੰਦੀ ਹੈ ਕਹਿੰਦੇ ਵੀ ਸਮਾਂ ਸਮਰੱਥ ਕੁਛ ਨਹੀਂ ਪਤਾ ਹੁੰਦਾ ਕਦੋਂ ਟੈਂਸ਼ਨ ਕਦੋਂ ਚੱਲ ਜਾਣਾ ਇਹ ਸਾਡੇ ਹੱਥ ਦੇ ਵਿੱਚ ਵੀ ਸਮਾਂ ਹੈ ਨਹੀਂ ਪਰਮਾਤਮਾ ਕਰਨ ਵਾਲਾ ਜੇ ਨੋਟਬੰਦੀ ਵੀ ਹੈ ਹੋ ਸਕਦਾ ਸਾਡੇ ਲਈ ਵਧੀਆ ਹੋਇਆ ਹੋਵੇ ਕਿਉਂਕਿ ਜਦੋਂ ਅਸੀਂ ਚੀਜ਼ ਇਹ ਲੈ ਕੇ ਤੁਰਦੇ ਹਾਂ ਕਿ ਇੱਕ ਆਪਾਂ ਕਹਿ ਦਈਏ ਵੀ ਸੌਖਾ ਕੰਮ ਹਰੇਕ ਕਰ ਲੈਂਦਾ ਤੁਸੀਂ ਅੱਜ ਦੇ ਟਾਈਮ 'ਚ ਹੋਰ ਮੂਵੀ ਦਿਖਾ ਦਿਓ ਕਿਉਂਕਿ ਹਰ ਇੱਕ ਬੰਦੇ ਜਦੋਂ ਕਹਿੰਦੇ ਵੀ ਆਹ ਇੰਟਰੈਕਟ ਹੋ ਜਾਂਦਾ ਕਹਿੰਦਾ ਨਾ ਯਾਰ ਨੋਟਬੰਦੀ ਔਖੀ ਚੀਜ਼ ਕਰੋਗੇ ਤੁਹਾਡਾ ਕਿਤੇ ਨਾ ਕਿਤੇ ਮੁੱਲ ਪਊਗਾ ਉਹ ਵਟ ਐਵਰ ਉਹ ਚਾਹੇ ਹਿੱਟ ਹੈ ਚਾਹੇ ਫਲੋਪ ਉਹ ਕੋਈ ਮੈਟਰ ਨਹੀਂ ਕਰਦਾ ਉਹ ਮੈਟਰ ਇਹ ਚੀਜ਼ ਕਰਦੀ ਹੈ ਵੀ ਤੁਹਾਡੇ 'ਚ ਇੱਡਾ ਜਜ਼ਬਾ ਸੀ ਤੁਸੀਂ ਇੱਡੇ ਲੈਵਲ 'ਤੇ ਮੂਵੀ ਲਾ ਕੇ ਖੜੀ ਕਰ ਤੁਹਾਡਾ ਕੀ ਰੋਲ ਇਸ ਮੂਵੀ ਮੇਰਾ ਇਸ ਦੇ ਵਿੱਚ ਰੋਲ ਹੈ ਕਿ ਮੈਂ ਕਰੈਕਟਰ ਕੀਤਾ ਜਾਂ ਮਤਲਬ ਮੈਨੂੰ ਸ਼ੌਂਕ ਹੁੰਦਾ ਵੀ ਮੈਂ ਹੀਰੋ ਬਣ ਗਿਆ ਠੀਕ ਹੈ ਮੈਂ ਸਿੰਗਿੰਗ ਦਾ ਮਤਲਬ ਸ਼ੁਰੂ ਤੋਂ ਮਤਲਬ ਸਿੰਗਿੰਗ ਚੱਲਦੀ ਹੁੰਦੀ ਸੀ ਉਸ ਬਾਅਦ ਉਹ ਮਾਰਕ ਹੁੰਦਾ ਵੀ ਮੈਂ ਐਕਟਰ ਬਣਨਾ ਚਾਹੁੰਦਾ ਬਸ ਉਹ ਐਕਟਰ ਚਾਹੀਦਾ ਸੀ ਐਕਟਰ ਬਣ ਗਏ ਲਾਸਟ ਫਿਲਮ 'ਚ ਕਿ ਨਹੀਂ ਬਣ ਗਏ ਸਿੰਗਿੰਗ 'ਚ ਤਾਂ ਰਾਈ ਹੁੰਦਾ ਤਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਡਮ ਤੁਸੀਂ ਵੀ ਇਸ ਫਿਲਮ ਬਾਰੇ ਕਹਿਣਾ ਚਾਹੁੰਦੇ ਹੋ ਸਹੀ ਸਮੇਂ ਰਿਲੀਜ਼ ਕੀਤੀ ਕਿ ਹੋਰ ਇਸ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਰ ਬਿਲਕੁਲ ਪਤਾ ਕੀ ਸਰ ਹਰ ਇੱਕ ਚੀਜ਼ ਦਾ ਇੱਕ ਸਮਾਂ ਬਣਿਆ ਹੁੰਦਾ ਸ਼ਾਇਦ ਇਹ ਸਮਾਂ ਇਹ ਸੀ ਸਾਰੀ ਅਸੀਂ ਬੈਸਟ ਹੀ ਸੋਚਿਆ ਇਹਦੇ ਲਈ ਅੰਕਲ ਦੇ ਸਾਹਮਣੇ ਰਿਲੀਜ਼ ਕਰ ਰਹੇ ਤਾਂ ਕੁਝ ਨਾ ਕੁਝ ਪ੍ਰੋਡਿਊਸਰ ਨੇ ਸਰ ਕੁਛ ਪਲਾਨ ਹੀ ਕੀਤਾ ਹੋਇਆ ਠੀਕ ਹੈ ਤੁਸੀਂ ਜਾਓਗੇ ਤੁਹਾਨੂੰ ਇੰਜੋਇਮੈਂਟ ਮਿਲੇਗਾ ਮੇਰਾ ਕਹਿਣਾ ਵਧੀਆ ਤੁਸੀਂ ਗਾਣੇ ਸੁਣੋਗੇ ਸਾਡੇ ਆਰਟਿਸਟ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੋਇਆ ਕੋਈ ਨਿਰਾਸ਼ ਨਹੀਂ ਮੁੜੇਗਾ ਮੇਰਾ ਇਹ ਕਹਿਣਾ ਠੀਕ ਹੈ ਹੋਰ ਕਿਹੜੇ ਕਿਹੜੇ ਸਟਾਰ ਅਭਿਨੇਤਰੀ ਕਿਹੜੇ ਕਿਹੜੇ ਫਿਲਮ ਦੇ ਵਿੱਚ ਹੈ ਸਾਰਿਆਂ ਦੇ ਵਿੱਚ ਬਹੁਤ ਸਾਰੇ ਹੈਗੇ ਯੋਗਰਾਜ ਹੈਗੇ ਠੀਕ ਹੈ ਰਾਣਾ ਜੰਗ ਬਹਾਦਰ ਜੀ ਠੀਕ ਹੈ ਅਤੇ ਕਾਫੀ ਸਾਰੇ ਹੈਗੇ ਮੈਨੂੰ ਸੋਰੀ ਕਰੈਕਟਰ ਬਹੁਤ ਸਾਰੇ ਆ ਫਿਲਮ ਦੇ ਵਿੱਚ ਯੋਗਰਾਜ ਕਈ ਵਾਰੀ ਜਦੋਂ ਇੱਕ ਦਿਨ ਦਾ ਨਾਮ ਰਹਿ ਜਾਂਦਾ ਤਾਂ ਬਾਹਲੇ ਕਰੈਕਟਰ ਆ ਜਾਂਦੇ ਪੰਗਾ ਪੈ ਜਾਂਦਾ ਬੰਦਾ ਕਹਿੰਦਾ ਸਾਡਾ ਨਾਮ ਹੀ ਲਿਆ ਵੱਡੀ ਫਿਲਮ ਹੈ ਨਾ ਉਹਦੇ 'ਚ ਸਟਾਰ ਦਾ ਸਪੋਰਟ ਜ਼ਿਆਦਾ ਹੈ ਠੀਕ ਹੈ ਠੀਕ ਹੈ ਸਰ ਕੈਮਰਾਮੈਨ ਅਰਜੁਨ ਕੇ ਸਾਥ ਐਸ ਕੇ ਸਖਰਾਣਾ ਜਲਦ ਸੇ ਸਭ ਸੇ ਫਾਸਟ ਆਮਨੇ ਸਾਹਮਨੇ